85% ਰਿਕਵਰੀ ਰੇਟ ਸਾਡਾ ਜ਼ਿਲ੍ਹੇ ਦਾ ਹੈਗਾ, ਜਿਹੜੀ ਕਿ ਬਹੁਤ ਚੰਗੀ ਗੱਲ ਹੈ। ਇਹ ਨਾ ਸਿਰਫ ਸਾਡੇ ਹਸਪਤਾਲਾਂ ਬਾਰੇ, ਡਾਕਟਰਾਂ ਬਾਰੇ ਕਹਿੰਦਾ ਹੈ, ਬਲਕਿ ਸਾਡੇ ਜ਼ਿਲ੍ਹੇ ਦੇ ਨਾਗਰਿਕਾਂ ਦੀ ਡਿਸਿਪਲਿਨ ਬਾਰੇ ਵੀ ਬਹੁਤ ਕੁਛ ਕਹਿੰਦਾ ਹੈ, ਕਿਉਂਕਿ ਇਹ ਬਿਮਾਰੀ ਅਜਿਹੀ ਹੈ ਜਿਹੜੀ ਕਿ ਡਿਸਿਪਲਿਨ ਨਾਲ ਇਤਿਹਾਤ ਵਰਤ ਕੇ ਪ੍ਰੋਪਰ ਕੇਅਰ ਲੈ ਕੇ ਇਹਦੇ ਨਾਲੋਂ ਨਜਿੱਠਿਆ ਜਾ ਸਕਦਾ ਹੈ। ਤਾਂ ਵਧੀਆ ਗੱਲ ਹੈ ਕਿ 85% ਸਾਡੀ ਰਿਕਵਰੀ ਚੱਲ ਰਹੀ ਹੈ। ਅਸੀਂ ਹੋਪ ਕਰਦੇ ਹਾਂ ਕਿ ਇਹਨੂੰ ਹੋਰ ਅੱਗੇ ਨੂੰ ਵਧਾਇਆ ਜਾ ਸਕੇ। ਨਾਲ ਦੇ ਨਾਲ ਕੰਸਰਨ ਇਹ ਵੀ ਹੈ, ਥੈਂਕ ਯੂ ਫੀਡਬੈਕ ਕੇ ਲਈ। ਹਰ ਵਾਰੀ ਸਾਊਂਡ ਦਾ ਕਾਫੀ ਪ੍ਰੋਬਲਮ ਰਹਿੰਦਾ ਹੈ। ਆਈ ਐਮ ਹੋਪਿੰਗ ਕਿ ਐਤਕੀ ਠੀਕ ਹੈਗਾ। ਮਿਸਟਰ ਸੰਧੂ ਟੈਲਸ ਅਸ ਕਿ ਸਾਊਂਡ ਅਤੇ ਵੀਡੀਓ ਦੋਨੋਂ ਐਤਕੀ ਠੀਕ ਹੈ, ਸੋ ਥੈਂਕ ਯੂ ਫੋਰ ਦੈਟ ਫੀਡਬੈਕ। ਮੈਂ ਡੈਥਸ ਬਾਰੇ ਗੱਲ ਕਰਦੀ ਸੀ। 194 ਡੈਥਸ ਸਾਡੇ ਜ਼ਿਲ੍ਹੇ 'ਚ ਆਲਰੇਡੀ ਰਿਕਾਰਡ ਹੋ ਚੁੱਕੀਆਂ ਨੇ, ਜਿਹੜਾ ਕਿ ਅਜੇ ਵੀ ਸਾਡੇ ਲਈ ਬਹੁਤ ਵੱਡੀ ਚਿੰਤਾ ਦਾ ਇਸ਼ੂ ਬਣਿਆ ਹੋਇਆ। ਸਾਡੇ ਸਾਰੇ ਜਿਹੜੇ ਹੁਣ ਐਫਰਟਸ ਹੈ ਉਹ ਇਸ 'ਤੇ ਹੀ ਹੈਗੇ ਨੇ ਕਿ ਡੈਥਸ ਨੂੰ ਰੋਕਿਆ ਜਾਵੇ, ਇਹਨਾਂ ਨੂੰ ਕੰਟਰੋਲ 'ਚ ਲਾਇਆ ਜਾਵੇ। ਐਜ਼ ਔਨ ਡੇਟ, ਅੱਜ ਦੀ ਡੇਟ 'ਚ ਹੀ 134 ਕੇਸ ਪੋਜ਼ਿਟਿਵ ਆਏ ਹੈ। ਇੱਕ ਇਸ 'ਚ ਸੁਧਾਰ ਜ਼ਰੂਰ ਹੋਇਆ ਹੈ ਕਿ ਜਿੱਥੇ ਸਾਡੇ ਕੇਸ ਪਿਛਲੇ ਹਫ਼ਤੇ 250-250 ਵੀ ਪਹੁੰਚ ਗਏ ਸੀ, ਹੁਣ ਕੇਸਿਸ ਥੋੜ੍ਹੇ ਜਿਹੇ ਘੱਟ ਗਏ ਹੈ, ਸਾਡੇ ਵੀ ਕੰਟਰੋਲ 'ਚ ਆ ਰਹੇ ਹੈ। ਕਿਉਰਡ ਕੇਸਿਸ ਜੇ ਅੱਜ ਦੀ ਡੇਟ 'ਚ ਦੇਖੇ ਜਾਣ ਤਾਂ ਆਲਮੋਸਟ ਉਹਦੇ ਡਬਲ ਹੈ, 240 ਕੇਸ ਕਿਉਰਡ ਹੈ ਅਤੇ ਅਨਫੋਰਚੁਨੇਟਲੀ 5 ਡੈਥਸ ਵੀ ਅੱਜ ਰਜਿਸਟਰ ਹੋਈਆਂ ਨੇ। ਇਸ ਦੇ ਵਿੱਚ ਹੋਰ ਦੱਸਣ ਵਾਲੀ ਗੱਲ ਇਹ ਹੈ ਕਿ ਸੈਂਪਲਿੰਗ ਜਿਹੜੀ ਹੈ ਉਹ ਸਪੈਸ਼ਲੀ ਮਾਈਕਰੋ ਕੰਟੇਨਮੈਂਟ ਜ਼ੋਨਸ ਅਤੇ ਕੰਟੇਨਮੈਂਟ ਜ਼ੋਨਸ ਵਿੱਚ 100% ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਸਵਾਲ ਵੀ ਹੈਗੇ ਨੇ ਸੈਂਪਲਿੰਗ ਬਾਰੇ, ਮੈਂ ਉਹਦੇ ਬਾਰੇ ਡਿਟੇਲ 'ਚ ਆਖਿਰ 'ਚ ਗੱਲ ਕਰਾਂਗੀ। ਅਜੇ ਤੱਕ ਸਾਡੇ ਟੋਟਲ ਟੈਸਟ ਜ਼ਿਲ੍ਹੇ ਦੇ 75,754 ਹੋ ਚੁੱਕੇ ਨੇ, ਜਿਹਦਾ ਮਤਲਬ ਇਹ ਹੈ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਅਸੀਂ 75,000 ਜਾਂ ਆਲਮੋਸਟ 76,000 ਕੇ ਟੈਸਟ ਆਲਮੋਸਟ ਕੀਤੇ ਹੈ। ਇਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਸਾਡੀ ਜਾਰੀ ਹੈ, ਜਿੱਥੇ ਇੱਕ ਪਾਸੇ ਜਿਹੜੇ ਪੋਜ਼ਿਟਿਵ ਪੇਸ਼ੈਂਟਸ ਹੈਗੇ ਨੇ ਉਹਨਾਂ ਦਾ ਟ੍ਰੀਟਮੈਂਟ 'ਤੇ ਸਾਡਾ ਜ਼ੋਰ ਹੈ, ਉਹਦੇ ਨਾਲ ਹੀ ਇਹ ਵੀ ਬਹੁਤ ਜ਼ਰੂਰੀ ਸਮਝਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿ ਕੇਸਿਸ ਨੂੰ ਛੇਤੀ ਤੋਂ ਛੇਤੀ ਆਈਡੈਂਟੀਫਾਈ ਕੀਤਾ ਜਾਵੇ। ਇਸ ਕਰਕੇ ਟੈਸਟ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਟੈਸਟਿੰਗ ਇਨਫਰਾਸਟ੍ਰਕਚਰ, ਟੈਸਟਿੰਗ ਕਪੈਸਿਟੀ ਸਾਡੀ ਪੂਰੀ ਵਧਾ ਦਿੱਤੀ ਗਈ ਹੈ, ਉਸ 'ਚ ਅੱਜ ਦੀ ਡੇਟ 'ਚ ਸਾਨੂੰ ਕੋਈ ਘਾਟ ਮਹਿਸੂਸ ਨਹੀਂ ਹੋ ਰਹੀ, ਕੋਈ ਉਸ 'ਚ ਕਮੀ ਨਹੀਂ ਹੈ। ਲੇਕਿਨ ਸਾਨੂੰ ਪਬਲਿਕ ਤੋਂ ਇਹੀ ਅਪੀਲ ਹੈ, ਬੇਨਤੀ ਹੈ, ਉਹਨਾਂ ਨੂੰ ਇਹੀ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਅੱਗੇ ਆ ਕੇ ਆਪਦੇ ਟੈਸਟ ਕਰਾਓ, ਜਿਹਦੇ ਨਾਲ ਤੁਸੀਂ ਸਮੇਂ ਸਿਰ ਆਪਦਾ ਟ੍ਰੀਟਮੈਂਟ ਲੈ ਸਕਦੇ ਹੋ। ਹੁਣ ਜਿਹੜਾ ਟੈਸਟਿੰਗ 'ਚ ਪਹਿਲਾਂ ਸਮਾਂ ਲੱਗਦਾ ਸੀ ਕਿ ਟੈਸਟ ਆਉਣ ਨੂੰ ਕਿ ਬੰਦਾ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ, ਹੁਣ ਉਹਦਾ ਵੀ ਸਮਾਂ ਘਟਾ ਦਿੱਤਾ ਗਿਆ ਹੈ। ਟੈਸਟਿੰਗ ਇਨਫਰਾਸਟ੍ਰਕਚਰ ਇੰਨਾ ਵਧਾ ਦਿੱਤਾ ਗਿਆ ਸਰਕਾਰ ਵੱਲੋਂ ਕਿ ਹੁਣ ਹਰ ਲੈਬ 24 ਘੰਟੇ ਦੇ ਵਿੱਚ ਵਿੱਚ RT-PCR ਟੈਸਟ ਦਾ ਵੀ ਰਿਪੋਰਟ ਦੇ ਰਿਹਾ ਹੈ। ਉਸ ਤੋਂ ਇਲਾਵਾ ਤੁਸੀਂ ਸਾਰੇ ਜਾਣਦੇ ਹੋ ਕਿ ਰੈਪਿਡ ਐਂਟੀਜਨ ਕਿੱਟਸ ਨੂੰ ਡਿਪਲੋਏ ਕੀਤਾ ਗਿਆ, ਜਿਹਦੇ ਨਾਲ
ਨਾਲ ਦੇ ਨਾਲ ਤੁਹਾਨੂੰ ਟੈਸਟ ਰਿਪੋਰਟ ਮਿਲ ਜਾਂਦੀ ਹੈ। ਜਿੱਥੇ ਕੋਈ ਸਸਪੀਸ਼ੀਅਸ ਕੇਸ ਹੁੰਦਾ ਹੈ, ਜਿੱਥੇ ਕੋਈ ਸਿਮਟੋਮੈਟਿਕ ਕੇਸ ਹੁੰਦਾ ਹੈ ਜਿਹੜਾ ਕਿ ਰੈਪਿਡ ਐਂਟੀਜਨ ਟੈਸਟ ਦੇ ਵਿੱਚ ਨੈਗੇਟਿਵ ਆਉਂਦਾ, ਤਾਂ ਉਹਨਾਂ ਦਾ ਕਨਫਰਮੇਟਰੀ RT-PCR ਵੀ ਕੀਤਾ ਜਾਂਦਾ ਹੈ, ਜਿਹਦੇ ਨਾਲ ਟੈਸਟ ਕਨਫਰਮ ਹੋ ਸਕੇ। ਟਰੂਨੈਟ ਮਸ਼ੀਨਸ ਵੀ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ, ਉਸ ਤੋਂ ਇਲਾਵਾ ਜਿੱਥੇ ਕੋਈ ਐਮਰਜੈਂਸੀ ਬੇਸਿਸ 'ਤੇ ਟੈਸਟ ਕਰਨ ਦੀ ਲੋੜ ਪੈਂਦੀ ਹੈ, ਤਾਂ ਟਰੂਨੈਟ ਮਸ਼ੀਨ ਦੇ ਰਾਹੀਂ ਵੀ ਟੈਸਟ ਕੀਤਾ ਜਾਂਦਾ ਹੈ, ਜਿਹਦੀ ਔਥੈਂਟਿਸਿਟੀ ਹੋਰ ਵੱਧ ਹੁੰਦੀ ਹੈ ਅਤੇ ਜਿਨ੍ਹਾਂ ਦਾ ਟੈਸਟ ਦਾ ਸੈਂਪਲ ਵੀ ਜਲਦੀ ਆ ਜਾਂਦਾ ਹੈ। ਮੈਂ ਡਾਇਲਿਸ ਫੈਸਿਲਿਟੀ ਬਾਰੇ ਵੀ ਗੱਲ ਕਰਾਂਗੀ। ਆਈ ਜਸਟ ਕਮ ਟੂ ਇਟ ਐਟ ਦੀ ਐਂਡ ਆਫ ਮਾਈ ਸੈਸ਼ਨ। ਅੱਜ ਦੀ ਡੇਟ 'ਚ ਆਲਮੋਸਟ 16,000 ਰੈਪਿਡ ਐਂਟੀਜਨ ਟੈਸਟ ਹੋ ਚੁੱਕੇ ਨੇ, 939 ਟਰੂਨੈਟ ਮਸ਼ੀਨਸ 'ਤੇ ਟੈਸਟ ਹੋਏ ਹੈ। ਇਸ ਕਰਕੇ ਘੱਟ ਹੈ ਕਿਉਂਕਿ ਇਹਨਾਂ ਨੂੰ ਸਿਰਫ ਐਮਰਜੈਂਟ ਕੇਸਿਸ, ਜਿਨ ਪੇਸ਼ੈਂਟਸ ਨੂੰ ਐਮਰਜੈਂਸੀ ਕੇਅਰ ਦੀ ਲੋੜ ਹੁੰਦੀ ਹੈ, ਉਦੋਂ ਹੋਸਪਿਟਲ ਨੂੰ ਇਹ ਪਤਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਇਹਨਾਂ ਨੂੰ ਕੋਵਿਡ ਵਾਰਡ 'ਚ ਲੈ ਕੇ ਜਾਣਾ ਹੈ ਕਿ ਨਹੀਂ ਲੈ ਕੇ ਜਾਣਾ, ਉਦੋਂ ਟਰੂਨੈਟ ਮਸ਼ੀਨ ਦਾ ਉਪਯੋਗ ਕੀਤਾ ਜਾਂਦਾ। RT-PCR ਟੈਸਟ ਅਜੇ ਤੱਕ 60,500 ਹੋ ਗਏ ਨੇ। ਉਸ ਤੋਂ ਇਲਾਵਾ ਐਂਬੂਲੈਂਸਿਸ ਸਰਕਾਰੀ ਹਸਪਤਾਲਾਂ ਨੂੰ ਹੋਰ ਦੇ ਦਿੱਤੀਆਂ ਗਈਆਂ ਹੈ, ਜਿਹਦੇ ਨਾਲ ਜਦੋਂ ਪੇਸ਼ੈਂਟ ਪੋਜ਼ਿਟਿਵ ਹੁੰਦਾ ਹੈ, ਜੇ ਉਹਨਾਂ ਨੂੰ ਹਸਪਤਾਲ 'ਚ ਸ਼ਿਫਟ ਕਰਨਾ ਹੁੰਦਾ ਹੈ, ਤਾਂ ਘਰੋਂ ਲਿਆਉਣ ਨੂੰ ਅਤੇ ਕੋਵਿਡ ਕੇਅਰ ਫੈਸਿਲਿਟੀ 'ਚ ਲਿਜਾਣ ਨੂੰ ਇਹ ਐਂਬੂਲੈਂਸਿਸ ਪ੍ਰੋਵਾਈਡ ਕੀਤੀਆਂ ਗਈਆਂ ਨੇ, ਤਾਂ ਕਿ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਨਾ ਆਵੇ। ਪਲਾਜ਼ਮਾ ਥੈਰੇਪੀ ਜ਼ਿਲ੍ਹੇ ਦੇ ਵਿੱਚ ਚੱਲੀ ਰਹੀ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਦੋ ਹਸਪਤਾਲ ਸ਼ੁਰੂ ਤੋਂ ਹੀ ਕਰਦੇ ਆ ਰਹੇ ਨੇ, ਹੁਣ IV ਹੋਸਪਿਟਲ, ਗ੍ਰੇਸ਼ੀਅਨ ਹੋਸਪਿਟਲ ਵੀ ਇਹਦੇ ਲਈ ਪਰਮਿਟਿਡ ਹੈਗੇ ਨੇ। ਤਾਂ ਜਿਹੜੇ ਹੁਣ ਕਿਉਂਕਿ ਸਾਡੇ ਆਲਮੋਸਟ 10,000 ਤੋਂ ਉੱਤੇ ਕੇਸਿਸ ਵੱਧ ਗਏ ਨੇ, ਮੇਰੀ ਇਹ ਜ਼ਰੂਰ ਸਾਰਿਆਂ ਨੂੰ ਅਪੀਲ ਰਹੇਗੀ ਕਿ ਜਿਹੜੇ ਵਿਅਕਤੀ ਕਿਸੇ ਵੀ ਵੇਲੇ, ਸਪੈਸ਼ਲੀ ਪਿਛਲੇ 1 ਮਹੀਨੇ ਦੇ ਵਿੱਚ ਜਿਹੜੇ ਪੇਸ਼ੈਂਟਸ ਰਿਕਵਰ ਹੋਏ ਨੇ, ਉਹ ਆਪਦਾ ਸੈਂਪਲ ਜ਼ਰੂਰ ਦੇਣ। ਉਹਨਾਂ ਦੇ ਘਰੇ ਮੋਬਾਈਲ ਟੀਮ ਵੀ ਆ ਸਕਦੀ ਹੈ, ਉਹ ਆ ਕੇ ਸੈਂਪਲ ਲੈ ਕੇ ਟੈਸਟ ਕਰਕੇ, ਇੱਕ ਐਂਟੀਬੋਡੀ ਟੈਸਟ ਹੁੰਦਾ ਹੈ ਜਿਹਦੇ ਨਾਲ ਪਤਾ ਲੱਗਦਾ ਹੈ ਕਿ ਪੇਸ਼ੈਂਟ ਦੇ ਕੋਲ ਕਿੰਨੇ ਐਂਟੀਬੋਡੀਜ਼ ਹੈਗੇ ਨੇ, ਅਤੇ ਦੂਜੇ ਪੇਸ਼ੈਂਟ ਜਿਹੜੇ ਨਵੇਂ ਪੇਸ਼ੈਂਟ ਹੈ ਜਿਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦੀ ਲੋੜ ਪੈਂਦੀ ਹੈ, ਉਹਨਾਂ ਲਈ ਉਹ ਬਲੱਡ ਸੈਂਪਲ ਕਾਮਯਾਬ ਹੋ ਸਕਦਾ ਕਿ ਨਹੀਂ। ਤਾਂ ਮੈਂ ਪੁਰਜ਼ੋਰ ਅਪੀਲ ਸਾਰਿਆਂ ਨੂੰ ਇਹੀ ਕਰ ਰਹੀ ਹਾਂ, ਜਿਹੜੇ ਰਿਕਵਰਡ ਪੇਸ਼ੈਂਟਸ ਹੈ ਜ਼ਿਲ੍ਹੇ ਦੇ, ਉਹ ਵੱਧ ਤੋਂ ਵੱਧ ਅੱਗੇ ਆ ਕੇ ਆਪਦਾ ਪਲਾਜ਼ਮਾ ਡੋਨੇਟ ਕਰਨ, ਜਿਹਦੇ ਨਾਲ ਅਸੀਂ ਹੋਰ ਮਰੀਜ਼ਾਂ ਦੀ ਮਦਦ ਕਰ ਸਕਦੇ ਹਾਂ। ਦੂਜੀ ਗੱਲ ਇਹ ਹੈ, ਮੈਂ ਤੁਹਾਨੂੰ ਹੁਣੇ ਦੱਸਣਗੀ ਕਿ ਜਿਹੜੇ ਸਾਡੇ ਪੋਜ਼ਿਟਿਵ ਪੇਸ਼ੈਂਟਸ ਹੈ ਉਹਨਾਂ ਵਿੱਚ 60% ਕੇਸਿਸ ਹੋਮ ਆਈਸੋਲੇਸ਼ਨ 'ਚ ਹੈਗੇ ਨੇ। ਇਹ ਬਹੁਤ ਚੰਗੀ ਗੱਲ ਹੈ, ਨਾ ਸਿਰਫ ਇਸ ਲਈ ਕਿ ਹਸਪਤਾਲ ਭਾਵੇਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤੇ ਨੇ, ਸਾਡੇ ਕੋਲ ਬੈੱਡਸ ਕਪੈਸਿਟੀ ਵੀ ਹਰ ਵੀਕ ਵਧਾਈ ਜਾ ਰਹੀ ਹੈ, ਪ੍ਰਾਈਵੇਟ 'ਚ ਵੀ ਵਧਾਈ ਜਾ ਰਹੀ ਹੈ, ਸਰਕਾਰੀ 'ਚ ਵੀ ਵਧਾਈ ਜਾ ਰਹੀ ਹੈ, ਲੇਕਿਨ ਫਿਰ ਵੀ ਜਦੋਂ ਸਾਨੂੰ ਲੋਡ ਨਹੀਂ ਹੈ ਉਦੋਂ ਸਾਨੂੰ ਹਸਪਤਾਲ ਨਹੀਂ ਜਾਣਾ ਚਾਹੀਦਾ, ਕਿਉਂਕਿ ਹਸਪਤਾਲ ਜਾ ਕੇ ਵੀ ਅਸੀਂ ਨਰਸਿਸ ਨੂੰ, ਡਾਕਟਰਸ 'ਤੇ ਹੋਰ ਪ੍ਰੈਸ਼ਰ ਪਾਉਂਦੇ ਹੈ ਅਤੇ ਆਪਣੇ ਆਪ ਨੂੰ ਵੀ ਅਸੀਂ ਰਿਸਕ 'ਚ ਲਿਆਉਂਦੇ ਹੈ, ਕਿਉਂਕਿ ਹਰ ਵੇਲੇ ਰੂਮ ਉਪਲਬਧ ਨਹੀਂ ਵੀ ਹੁੰਦਾ, ਤਾਂ ਵਾਰਡ 'ਚ ਰਹਿ ਕੇ ਇਨਫੈਕਸ਼ਨ ਜਿਹੜਾ ਹੈ ਉਹਦਾ ਰੇਟ ਹੈ ਉਹ ਵੱਧ ਸਕਦਾ ਹੈ। ਇਸ ਕਰਕੇ ਸਾਨੂੰ ਜਿੱਥੇ ਤੱਕ ਹੋ ਸਕੇ ਆਪਣੇ ਆਪ ਨੂੰ ਹੋਮ ਆਈਸੋਲੇਸ਼ਨ ਕਰਨਾ ਚਾਹੀਦਾ, ਲੇਕਿਨ ਹੋਮ ਆਈਸੋਲੇਸ਼ਨ 'ਚ ਜ਼ਰੂਰੀ ਕੰਡੀਸ਼ਨਸ ਇਹ ਹੈਗੇ ਨੇ ਕਿ ਆਪਦਾ
ਬਲੱਡ ਪ੍ਰੈਸ਼ਰ, ਬੋਡੀ ਟੈਂਪਰੇਚਰ ਅਤੇ ਆਕਸੀਜਨ ਲੈਵਲ, ਉਹ ਜ਼ਰੂਰ ਸਾਨੂੰ ਦਿਨ 'ਚ ਘੱਟੋ ਘੱਟ 2 ਵਾਰੀ ਅਤੇ ਮੈਕਸੀਮਮ 3 ਵਾਰੀ ਜ਼ਰੂਰ ਰਿਕਾਰਡ ਕਰਨਾ ਚਾਹੀਦਾ ਹੈ। ਉਹਦੀ ਇੱਕ ਪ੍ਰੋਪਰ ਲੋਗ ਬੁੱਕ ਬਣਨੀ ਚਾਹੀਦੀ ਹੈ ਜਿਹਦੇ ਨਾਲ ਇਹਦਾ। ਅਸੀਂ ਵੀ ਇੱਕ ਪੈਂਫਲੇਟ ਬਣਾਇਆ, ਮੈਂ ਅੱਜ ਇੱਥੇ ਮੈਂ ਲੈ ਕੇ ਨਹੀਂ ਆਈ, ਮੈਂ ਅਗਲੇ ਸੈਸ਼ਨ 'ਚ ਤੁਹਾਡੇ ਨਾਲ ਸਾਂਝਾ ਕਰਾਂਗੀ, ਜਿਹਦੇ ਵਿੱਚ ਅਸੀਂ ਪੂਰਾ ਲੋਗ ਬੁੱਕ ਬਣਾ ਕੇ ਦਿੱਤਾ ਕਿ ਉਸ 'ਚ ਕਿਵੇਂ ਐਂਟਰੀਜ਼ ਕਰਨੀਆਂ ਨੇ ਸਵੇਰੇ, ਤੁਸੀਂ ਕਿਵੇਂ ਆਪਦਾ ਪਲਸ ਆਕਸੀਮੀਟਰ ਦੇ ਨਾਲ ਆਕਸੀਜਨ ਸੈਚੂਰੇਸ਼ਨ ਚੈੱਕ ਕਰ ਸਕਦੇ ਹੋ ਅਤੇ ਬੋਡੀ ਟੈਂਪਰੇਚਰ ਸਾਰੇ ਜਾਣਦੇ ਹਾਂ, ਥਰਮੋਮੀਟਰ ਦੇ ਰਾਹੀਂ ਕਿਵੇਂ ਚੈੱਕ ਹੁੰਦਾ ਤਾਂ ਉਹ ਕਿਵੇਂ ਰਿਕਾਰਡ ਕਰਨਾ ਅਤੇ ਸ਼ਾਮ ਨੂੰ ਕੀ ਰਿਕਾਰਡ ਕਰਨਾ, ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਲਰੇਡੀ ਤਿਆਰ ਕਰ ਲਿਆ ਗਿਆ, ਉਹ ਸਾਡੀ ਵੈਬਸਾਈਟ 'ਚ ਵੀ ਬਹੁਤ ਛੇਤੀ ਅਪਲੋਡ ਕਰ ਦਿੱਤਾ ਜਾਵੇਗਾ ਅਤੇ ਉਹਦਾ ਸੈਂਪਲ ਮੈਂ ਤੁਹਾਨੂੰ ਅਗਲੇ ਬੁੱਧਵਾਰ ਸ਼ੇਅਰ ਵੀ ਕਰਾਂਗੀ। ਉਸ ਤੋਂ ਇਲਾਵਾ ਜਿਹੜੀ ਜ਼ਰੂਰੀ ਗੱਲਾਂ ਨੇ ਉਸ 'ਚ ਇਹੀ ਹੈ ਕਿ ਘਬਰਾ ਕੇ ਕੁਛ ਨਹੀਂ ਹੋਣਾ, ਘਬਰਾਉਣਾ ਇਹਦਾ ਸੋਲਿਊਸ਼ਨ ਨਹੀਂ ਹੈ, ਲੇਕਿਨ ਪ੍ਰੀਕੋਸ਼ਨ ਰੱਖਣਾ, ਵਾਰਨਿੰਗਸ ਨੂੰ, ਸਰਕਾਰ ਦੀਆਂ ਵਾਰਨਿੰਗਸ ਨੂੰ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵਾਰਨਿੰਗਸ ਨੂੰ ਸੁਣਨਾ ਬਹੁਤ ਜ਼ਰੂਰੀ ਹੈ, ਉਹਦੇ ਹਿਸਾਬ ਨਾਲ ਐਕਟ ਕਰਨਾ ਬਹੁਤ ਜ਼ਰੂਰੀ ਹੈ। ਹੁਣ ਇਸ ਹਫ਼ਤੇ ਦੀ ਜਿਹੜੀ ਨਵੀਂ ਡਿਵੈਲਪਮੈਂਟਸ ਹੈਗੀ ਹੈ ਉਹਦੇ ਬਾਰੇ ਮੈਂ 2 ਮਿੰਟ ਗੱਲ ਕਰਨਾ ਚਾਹਾਂਗੀ। ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ, ਡੇਲਿੰਗ ਸੈਂਪਲਿੰਗ ਵਧਾਈ ਜਾਵੇਗੀ। ਇਹਦੇ ਬਾਰੇ ਮੈਂ ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਅਸੀਂ ਹਰ ਸਬ ਡਿਵੀਜ਼ਨ 'ਚ, ਹਰ ਤਹਿਸੀਲ 'ਚ, ਜਿਵੇਂ ਡੇਰਾਬੱਸੀ, ਖਰੜ ਅਤੇ ਮੋਹਾਲੀ, ਹਰ ਥਾਂ ਤੇ ਅਸੀਂ ਨਵੇਂ ਟੈਸਟਿੰਗ ਸੈਂਟਰ ਸ਼ੁਰੂ ਕਰ ਰਹੇ ਹਾਂ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਇਕਨ ਦਬਾਨਾ ਨਾ ਭੁਲੇ।